ਬਾਬਾ ਜੀ ਕੀ ਹਾਲ? ਠੀਕ ਠਾਕ, ਖੈਰੀਅਤ? ਚੜ੍ਹ ਦੀ ਗੱਲ ਆ ਜਾਓ, ਇੱਕ ਮਿੰਟ ਆ ਜਾਓ, ਤੁਹਾਡੇ ਨਾਲ ਗੱਲ ਕਰਨੇ ਸਟਾਰਟ। ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਸਾਡੇ ਨਾਲ ਮੌਜੂਦ ਨੇ ਅੱਜ ਹਸਤੀ ਪਾਕਿਸਤਾਨ ਦੇ ਪਹਿਲੇ MBBS ਡਾਕਟਰ, ਡਾਕਟਰ ਮਿਮਪਾਲ ਸਿੰਘ ਨੇ ਸਾਡੇ ਨਾਲ ਅੱਜ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਦੇ ਇਸ ਮੌਕੇ ਦੇ ਉੱਤੇ, ਫਸਟ ਟਾਈਮ ਜਦੋਂ ਮੈਂ ਕਰਤਾਰਪੁਰ ਕਰਤਾਰਪੁਰ ਸਾਹਿਬ ਆਇਆ ਸੀ ਅਤੇ ਮੈਂ ਇਹਨਾਂ ਦੇ ਰੈਫਰੈਂਸ ਨਾਲ ਮੈਂ ਐਂਟਰ ਹੋਇਆ ਸੀ ਇੱਥੇ, ਅਤੇ ਅੱਜ ਦੇਖੋ ਤੁਸੀਂ ਕਿ ਮੈਂ 8 ਸਾਲ ਦੇ ਵਿੱਚ ਕਿੰਨਾ ਕੰਮ ਕੀਤਾ। ਜਗਤ ਸੰਗਤ ਨੇ ਉਹ ਦੇਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਆਪਣਾ ਪਰਿਚੈ ਕਰਾਓ ਪਹਿਲੇ ਜੀ। ਮੈਂ ਡਾਕਟਰ ਮਿਮਪਾਲ ਸਿੰਘ, ਅਸਿਸਟੈਂਟ ਪ੍ਰੋਫੈਸਰ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ ਔਰ ਮੈਂਬਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਆਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਮੈਂ ਸਮਝਦਾ ਹਾਂ ਕਿ ਸਭ ਤੋਂ ਪਹਿਲੇ ਮੈਂ ਸਮੁੱਚੀ ਸਿੱਖ ਸੰਗਤ ਨੂੰ, ਸਮੁੱਚੀ ਸਿੱਖ ਜਗਤ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਦੀ ਲੱਖਾਂ, ਕਰੋੜਾਂ ਅਤੇ ਅਰਬਾਂ ਵਾਰੀ ਐਡਵਾਂਸ ਵਧਾਈ 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 ਦਿੰਦਾ ਹਾਂ। ਅੱਜ ਜਿਸ ਪਾਵਨ ਪਵਿੱਤਰ ਅਸਥਾਨ 'ਤੇ ਆਪਾਂ ਖਲੋਤੇ ਹਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਰਤਾਰਪੁਰ ਸਾਹਿਬ, ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਨਾਲ ਰੱਖਦੇ ਹਾਂ, ਅੱਜ ਅਗਰ ਇਸ ਗੁਰਦੁਆਰੇ ਨੂੰ ਆਪਾਂ ਦੇਖੀਏ ਤਾਂ ਮੈਂ ਸਮਝਦਾ ਹਾਂ ਕਿ ਪਾਕਿਸਤਾਨ ਵੱਲੋਂ ਜਿਸ ਸਿੱਖ ਕੌਮ ਨੂੰ ਐਡਾ ਵੱਡਾ ਗਿਫਟ ਮਿਲਿਆ, ਸਿੱਖ ਕੌਮ ਕੋਲ, ਸਿੱਖ ਜਗਤ ਕੋਲ ਨਾ ਕੋਈ ਐਸੇ ਅਲਫਾਜ਼ ਹਨ, ਨਾ ਕੋਈ ਐਸੇ ਸ਼ਬਦ ਹਨ ਕਿ ਆਪਾਂ ਧੰਨਵਾਦ ਕਰ ਸਕੀਏ। ਜਨਾਬ ਇਮਰਾਨ ਖਾਨ ਸਾਹਿਬ ਦਾ, ਜਨਰਲ ਕਮਰ ਜਾਵੇਦ ਬਾਜਵਾ ਸਾਹਿਬ ਦਾ, ਇਵੈਕਿਊ ਟਰੱਸਟ ਪ੍ਰੋਪਰਟੀ ਬੋਰਡ ਦਾ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਨਾਲ ਅਗਰ ਮੈਂ ਨਵਜੋਤ ਸਿੰਘ ਸਿੱਧੂ ਨੂੰ ਭੁੱਲ ਜਾਵਾਂ ਤਾਂ ਸ਼ਾਇਦ ਇਹ ਵੀ ਜ਼ਿਆਦੀ ਹੋਏਗੀ। ਸੋ ਜਿੰਨਾ ਮਾਣ ਸਨਮਾਨ ਸਤਿਕਾਰ ਸਿੱਖ ਕੌਮ ਨੂੰ ਪਾਕਿਸਤਾਨ ਦੇ ਵਿੱਚ ਮਿਲ ਰਿਹਾ, ਮੈਂ ਸਮਝਦਾ ਵਾਂ ਕਿ ਸ਼ਾਇਦ ਕਿਸੇ ਵੀ ਕੰਟਰੀ 'ਚ ਇੰਨੀ ਆਜ਼ਾਦੀ ਨਾ ਹੋਵੇ। ਸੋ ਮੈਂ ਸਮੁੱਚੀ ਸੰਗਤ ਨੂੰ ਅੱਜ ਦੇ ਕੋਰੀਡੋਰ ਦੇ ਉੱਤੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ ਅਤੇ ਗੁਰੂ ਨਾਨਕ ਜੀ ਯੂਨੀਵਰਸਿਟੀ ਦੀ ਓਪਨਿੰਗ ਦੇ ਉੱਤੇ ਸਮੁੱਚੀ ਜਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ ਅਤੇ ਨਾਲ ਨਾਲ ਪਾਕਿਸਤਾਨ ਦੀ ਸਾਰੀ ਆਵਾਮ ਦਾ, ਇੱਕ ਇੱਕ ਫਰਦ ਦਾ, ਸਿੱਖ ਕੌਮ ਵੱਲੋਂ ਬਹੁਤ ਸਾਰਾ ਧੰਨਵਾਦ। ਆਪ ਸਾਰਿਆਂ ਦਾ ਬਹੁਤ ਸ਼ੁਕਰੀਆ। ਪਾਕਿਸਤਾਨ ਜ਼ਿੰਦਾਬਾਦ। ਥੈਂਕ ਯੂ ਜੀ ਡਾਕਟਰ ਮਿਮਪਾਲ ਸਿੰਘ, ਸਾਡੇ ਅਚਾਨਕ ਸਾਨੂੰ ਮਿਲੇ ਔਰ ਸਾਨੂੰ ਬਹੁਤ ਵਧੀਆ ਲੱਗ ਰਿਹਾ ਸੀ। ਅਸੀਂ ਦੇਖੋ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਖੜ੍ਹੇ ਹੋ ਕੇ ਕਈ ਵਾਰੀ ਗੁਜ਼ਾਰੇ ਵਜਾਏ ਜਾ ਰਹੇ ਨੇ। ਪੰਡਾਲ ਸੱਜ ਚੁੱਕਿਆ, ਹਾਂਜੀ ਜੀ। ਗੁਰਪਿਆਰੀ ਸੰਗਤ ਜੀ, ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਕਰਤਾਰਪੁਰ ਦਾ ਉਹ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਤੁਹਾਨੂੰ ਫਾਈਨਲ ਡੇ ਦੇ ਉੱਤੇ ਲੈ ਕੇ ਕਰਤਾਰਪੁਰ ਸਾਹਿਬ ਪਹੁੰਚੇ ਹਾਂ। ਮੇਨ ਬਿਲਡਿੰਗ ਦੇ ਪਿੱਛੇ ਤੁਹਾਨੂੰ ਦੀਵਾਨਾ ਸਥਾਨ ਨਜ਼ਰ ਆ ਰਿਹਾ ਔਰ ਨਾਲ ਦੇ ਨਾਲ ਦਰਸ਼ਨੀ ਡਿਉੜੀਆਂ ਨਜ਼ਰ ਆ ਰਹੀਆਂ ਨੇ। ਉਹ ਬਹੁਤ ਵਧੀਆ ਲੱਗ ਰਿਹਾ ਹੈ ਕਿ ਆਪਾਂ ਉਹ ਸਫ਼ਰ ਜਿਹੜਾ ਕਿ 8 ਤੋਂ 10 ਸਾਲ ਪਹਿਲੇ ਸ਼ੁਰੂ ਕੀਤਾ ਸੀ, ਉਸ ਸਫ਼ਰ ਨੂੰ ਤੈਅ ਕਰਦੇ ਹੋਏ ਦੇਖੋ ਅੱਜ ਰੱਬ ਦੀਆਂ ਰਹਿਮਤਾਂ ਕਿੰਨੀਆਂ ਹੋਈਆਂ ਕਿ ਅਸੀਂ ਇਸ ਜਗ੍ਹਾ ਦੇ ਉੱਤੇ ਪਹੁੰਚ ਗਏ ਕਿ ਅੱਜ ਸਾਨੂੰ ਵੇਖ ਕੇ ਕੁਛ ਸਮਝ ਆ ਰਿਹਾ ਸਾਨੂੰ। Excuse me, give me one minute please, just isko aap pakdenge main ਠੀਕ ਠਾਕ ਜੀ, ਇੱਕ ਮਿੰਟ ਇੱਧਰ ਉੱਧਰ ਘੁੰਮਾ, ਥੋੜ੍ਹਾ ਥੋੜ੍ਹਾ ਇੱਧਰ ਉੱਧਰ ਘੁੰਮਾ ਕੇ ਧੰਨਵਾਦ ਜੀ, ਧੰਨਵਾਦ।
अभी बाइक बोल रहा प्लीज खामोश रहिए बेटा भूलेंगे नहीं दिक्कत है किस पे ऐसे चैनल कौन सा हाँ जी जी तुसी देख रहे हो इस वेले पंडाल सज गया हुआ है और दरबार साहब करतारपुर दे विच आपां पहुँच चुके हैं। संगतां हुम हुमा के पहुँचियां हुई ने ਸੰਗਤਾਂ ਇੰਤਜ਼ਾਰ ਕਰ ਰਹੀਆਂ ਨੇ ਇਮਰਾਨ ਖਾਨ ਸਾਹਿਬ ਦਾ। ਸੋ ਅਸੀਂ ਦੇਖ ਰਹੇ ਹਾਂ ਕਿ ਦੇਖੋ ਤੁਸੀਂ ਹੁੰਮ ਹੁਮਾ ਕੇ ਸਾਰੇ ਲੋਕ ਜਿਹੜੇ ਨੇ ਬੈਠੇ ਹੋਏ ਨੇ ਸਾਰੇ ਦੇਖੋ ਮੇਰੀਆਂ ਪੰਜਾਬੀ ਧੀਆਂ ਭੈਣਾਂ ਜਿਹੜੀਆਂ ਨੇ ਉਹ ਸਾਰੀ ਦੀਆਂ ਸਾਰੀਆਂ ਬੈਠੀਆਂ ਹੋਈਆਂ ਨੇ ਇੰਤਜ਼ਾਰ ਕਰਦੇ ਹੋਏ ਕਿ ਕਦੋਂ ਪੀਆਂ ਆਏਗਾ ਔਰ ਕਦੋਂ ਅਸੀਂ ਗੁਜ਼ਾਰੇ ਮਾਰਾਂਗੇ। ਅਤੇ ਮੈਂ ਕਹਾਂਗਾ ਕਿ ਸਮੁੱਚੀ ਅੱਜ ਸੰਗਤ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਪਹੁੰਚੀ ਹੈ ਔਰ ਬਹੁਤ ਬਹੁਤ ਹਸਤੀਆਂ ਵੀ ਪਹੁੰਚੀਆਂ ਹੋਈਆਂ ਨੇ। मुझे क्या पता था कि आप आ रहे हो, लेकिन आप तो हर के हर उसमें होते हो और ठीक है। हाँ जी जी जिदा कि तुम मैं दसिया कि भी ईस्ट पंजाब तो और दुनिया भर तो पंजाबी संगत जड़िया ने वो आके बैठियां हुई ने और पीएम साहब का इंतजार किया जा रहा कि किस वेले पीएम साहब आएंगे और गजारे इस जगह के उत्ते वजन गए। तुसी देख रहे हो रेडियो साइड वाला 87.8 FM ऑकलैंड न्यूजीलैंड तो यह प्रोग्राम तुसी देख रहे हो ऑल राइट्स आर रिजर्व बाय रेडियो साइड वाला। देखो जी प्रोग्राम रिकॉर्ड्स काफ़ी हो रहे ने और काफ़ी ज़्यादा सारिया संगत जड़िया ने वो पहुँची आप सुनिए। पेशावर दियां संगतां ननकाने दियां संगतां हुम हुमा के पहुँचिया हुई ने और अपने भाई साढ़े रतन लाल आरिया हर रंग दे विच रंगे हुए कभी सानू विसाखी दे वेलकम करते हैं और कभी बाबा जी दे दर दे उत्ते जिहड़ा लंघा खोलिया जा रहा है उत्थे सानू मिलते हैं। भाई साहब तुसी समुची संगत वालों कोई पैगाम जिहड़ा जी सब तो पहले धन्यवाद जी सारी वाहेगुरु जी का खालसा वाहेगुरु जी की फतेह। मैं जिहड़े अज दर ते आया वा यह बाबा गुरु नानक साहब का दर है तो सबना का सांझा दर है। जिहड़े दोस्त जिहड़े मेहमान साढ़े बाहरों दूर दराजों आए ने उन्होंने मैं पाकदर मस्तान कमेटी की तरफों जी आया नूं कहना स्वागत करना हाथ जोड़ के अरदास करना कि जनाब बहुत बहुत मेहरबानी अपना अपना तुसी कीमती वक्त कढ़ के तशरीफ ले आए हो ज़िला नारोवाल बाबा गुरु नानक साहब दे स्थान ते तुसी आण के समझ लो कि पाकिस्तानियों का तुसी दिल जित लिया और पब्लिक का आवाम का। मैं 550 साल की जन्मदिन की खुशी च सारे दोस्तों का धन्यवाद करना वा और उन्होंने नमस्कार परिवार सत श्री अकाल कहना वा वेलकम कहना जी आए नूं कहना हाथ जोड़ के स्वागत भी करना बहुत बहुत मेहरबानी शुक्रिया खास करके बाबा शबीर जी का जेडे हर जगह पर सानूं मौका बख्शते हैं मेहरबानी है जी सारे सुनने वाले देखने वाले दोस्तों
ਮੇਰੀ ਤਰਫੋਂ ਦਿਲ ਭਰਿਆ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ, ਸ਼ੁਕਰੀਆ। ਹਾਂਜੀ ਜੀ, ਸਾਡੇ ਕੋਲ ਸਾਡੇ ਵੀਰ ਜੀ ਪਹੁੰਚੇ ਨੇ ਜੰਮੂ ਤੋਂ, ਸਾਨੂੰ ਬਹੁਤ ਜ਼ਿਆਦਾ ਲਿਖਦੇ ਨੇ, ਸਾਡੇ ਨਾਲ ਬਹੁਤ ਪਿਆਰ ਕਰਦੇ ਨੇ, ਅਤੇ ਆਪਾਂ ਚਲੋ ਇਹਨਾਂ ਦਾ ਪਰਿਚੇ ਜਿਹੜਾ ਇਹਨਾਂ ਦੇ ਇਹਦੇ ਮੂੰਹ ਤੋਂ ਹੀ ਕਰਵਾਉਂਦੇ ਹਾਂ ਔਰ ਉਹਨਾਂ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤਾਂ ਬਹੁਤ ਬਹੁਤ ਧੰਨਵਾਦ, ਬੜੀ ਮਨ ਦੀ ਇੱਛਾ ਸੀ ਮੇਰੇ ਵੀਰ ਸ਼ਾਹਿਦ ਸ਼ਬੀਰ ਨੂੰ ਮਿਲਣ ਦੀ। ਅਸੀਂ ਇਹਨਾਂ ਨੂੰ ਪੰਜਾਬੀ ਲਹਿਰ ਤੋਂ ਸਿੱਖ ਮੁਸਲਿਮ ਫਰੈਂਡਸ਼ਿਪ ਦੇ ਗਰੁੱਪ ਦੇ ਬਹੁਤ ਹੀ ਪਿਆਰ ਦਿੰਦੇ ਹਾਂ ਅਤੇ ਲੈਂਦੇ ਹਾਂ। ਮੇਰੇ ਵੀਰ ਨੇ ਪੂਰੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਬਹੁਤ ਹੀ ਇਤਿਹਾਸ ਕੱਢੇ ਨੇ, ਜਿਨ੍ਹਾਂ ਨੇ ਸਾਨੂੰ ਉਹਦੀ ਨੌਲੇਜ ਦਿੱਤੀ ਹੈ। ਬਾਕੀ ਸਾਨੂੰ ਪਾਕਿਸਤਾਨ 'ਚ ਆ ਕੇ ਬਹੁਤ ਹੀ ਖੁਸ਼ੀ ਹੋਈ ਹੈ, ਬਹੁਤ ਹੀ ਪਿਆਰ ਮਿਲਿਆ ਸਾਨੂੰ ਪਾਕਿਸਤਾਨ ਦੇ ਵਿੱਚ। ਅਸੀਂ ਪਾਕਿਸਤਾਨ ਕੌਮ ਦੇ, ਪਾਕਿਸਤਾਨ ਗੌਰਮੈਂਟ ਦੇ, ਪਾਕਿਸਤਾਨ ਲੋਕਾਂ ਦੇ ਬਹੁਤ ਹੀ ਧੰਨਵਾਦੀ ਹਾਂ, ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ ਕਰਤਾਰਪੁਰ ਦਾ ਲਾਂਘਾ ਖੋਲ੍ਹ ਕੇ ਸਾਡੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਣ ਦਾ ਮੌਕਾ ਦੇ ਦਿੱਤਾ ਹੈ। ਅਸੀਂ ਅੱਗੇ ਕੋਸ਼ਿਸ਼ ਕਰਾਂਗੇ ਅਤੇ ਹੋਰ ਇੱਕ ਵਾਰੀ ਰਿਕੁਐਸਟ ਕਰਦੇ ਹਾਂ ਕਿ ਇਮਰਾਨ ਖਾਨ ਸਾਹਿਬ, ਪਾਕਿਸਤਾਨ ਦੀ ਗੌਰਮੈਂਟ, ਜਿਹੜੇ ਬਾਕੀ ਲਾਂਘੇ ਵੀ ਰਹਿੰਦੇ ਨੇ ਸਾਡੇ ਜੰਮੂ ਕਸ਼ਮੀਰ ਦੇ ਜਾਂ ਹੋਰ ਗੁਰੂ ਧਾਮਾਂ ਦੇ, ਉਹ ਵੀ ਖੋਲ੍ਹਣ ਅਤੇ ਬਿਨਾਂ ਵੀਜ਼ਾ ਬਿਨਾਂ ਪਾਸਪੋਰਟ ਆਉਣ ਦੀ ਇਜਾਜ਼ਤ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਸਾਡੀ ਸੰਗਤ ਜਿਹੜੀ ਜੰਮੂ ਤੋਂ ਆਈ ਹੋਈ ਸੀ ਉਹਨਾਂ ਦੇ ਨਾਲ ਗੱਲ ਕਰ ਰਹੇ ਸਾਂ। ਹੁਣ ਸਾਡੇ ਨਾਲ ਸਾਡੇ ਆਪਣੀਆਂ ਲੋਕਲ ਪਾਕਿਸਤਾਨ ਦੀਆਂ ਸੰਗਤਾਂ ਜਿਹੜੀਆਂ ਮੌਜੂਦ ਨੇ, ਕਹਿ ਲਵੋ ਤੁਸੀਂ ਕਿ ਪਾਕਿਸਤਾਨ ਤੋਂ ਜਿਹੜੀਆਂ ਆਈਆਂ ਹੋਈਆਂ, ਸਾਡੀਆਂ ਪਿਸ਼ਾਵਰ ਤੋਂ ਸਪੈਸ਼ਲੀ ਨਨਕਾਣਾ ਸਾਹਿਬ ਤੋਂ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਨੇ, ਉਹਨਾਂ ਨੂੰ ਵੀ ਬਹੁਤ ਖੁਸ਼ੀ ਹੈ ਇਸ ਵਕਤ ਔਰ ਸਾਡੇ ਨਾਲ ਪਹੁੰਚੇ ਹੋਏ ਨੇ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਤੋਂ ਬਾਬਰ ਜਲੰਧਰੀ। ਬਹੁਤ ਵਧੀਆ ਲੱਗਾ ਜੀ ਅੱਜ ਬੜੇ ਅਰਸੇ ਬਾਅਦ ਬਾਬਰ ਜਲੰਧਰੀ। ਤੁਸੀਂ ਗੁਰਵੀਰ ਨੂੰ ਵੀ ਜਾਣਦੇ ਹੋ? ਗੁਰਵੀਰ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ, ਬੜਾ ਭਾਗਾਂ ਵਾਲਾ ਦਿਨ ਹੈ ਜੀ, ਅੱਜ ਦੁਨੀਆ ਭਰ ਤੋਂ ਸਿੱਖ ਸੰਗਤ ਇਕੱਠੀ ਹੋਈ ਹੈ ਸ਼੍ਰੀ ਕਰਤਾਰਪੁਰ ਸਾਹਿਬ ਦੇ ਇਸ ਗੁਰੂ ਘਰ ਪਵਿੱਤਰ ਨਗਰੀ ਦੇ ਵਿੱਚ। ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਦੇ ਮੌਕੇ 'ਤੇ ਬੜਾ ਵੱਡਾ ਇਹ ਇੱਕ ਅੱਜ ਇੱਥੇ ਇਕੱਠ ਹੈ, ਬੜਾ ਉਤਸ਼ਾਹ ਹੈ ਸੰਗਤ ਦੇ ਵਿੱਚ ਕਿ ਇਹ ਕਈ ਸਾਲਾਂ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਹੋਣ ਜਾ ਰਿਹਾ। ਅੱਜ ਕੋਰੀਡੋਰ ਓਪਨ ਹੋਣ ਜਾ ਰਿਹਾ, ਬੜੀ ਜਲਦੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਇੱਥੇ ਪਹੁੰਚਣਗੇ, ਭਾਰਤ ਵਾਲੇ ਪਾਸਿਓਂ ਆਇਆ ਹੋਇਆ ਡੈਲੀਗੇਸ਼ਨ ਇੱਥੇ ਪਹੁੰਚੇਗਾ ਔਰ ਹਰ ਪਾਸੇ ਸੰਗਤਾਂ ਦਾ ਵਿੱਚ ਉਤਸ਼ਾਹ ਹੈ, ਖੁਸ਼ੀ ਹੈ ਅੱਜ ਦੇ ਇਸ ਪਵਿੱਤਰ ਦਿਨ ਨੂੰ ਲੈ ਕੇ। ਔਰ ਇਹ ਲਾਂਘਾ ਆਉਣ ਵਾਲੇ ਅਗਲੇ ਸਾਲਾਂ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰੇਗਾ ਦੋਨਾਂ ਮੁਲਕਾਂ ਦੇ ਵਿੱਚ ਆਪਸੀ ਰਿਲੇਸ਼ਨ ਵਧਾਉਣ ਨੂੰ, ਅਤੇ ਨਾਲੇ ਦੁਨੀਆ ਭਰ ਤੋਂ ਆਈਆਂ ਸਿੱਖ ਸੰਗਤਾਂ ਨੂੰ ਹੁਣ ਇੱਕ ਮੌਕਾ ਮਿਲਿਆ ਕਰੇਗਾ, ਜਦੋਂ ਕਿਤੇ ਉਹ ਪਾਕਿਸਤਾਨ ਆਇਆ ਕਰਨ ਜਾਂ ਭਾਰਤ ਵਾਲੇ ਪਾਸੇ ਵੀ ਆਉਣਗੇ ਤਾਂ ਉਹ ਦਰਸ਼ਨ ਕਰ ਸਕਣਗੇ ਇਸ ਪਵਿੱਤਰ ਸਥਾਨ ਦਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਇੱਥੇ ਬਿਤਾਏ ਸੀ। ਬੜੀ ਪਵਿੱਤਰ ਥਾਂ, ਬੜਾ ਅੱਛਾ ਮਨ ਲੱਗਾ ਇੱਥੇ ਆ ਕੇ, ਅੱਜ ਬੜੀ ਖੁਸ਼ੀ ਹੋਈ ਹੈ। ਥੈਂਕ ਯੂ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ। ਆਪਣੇ ਭਾਈ ਜੀ ਜਿਹੜੇ ਸਨ ਉਹ ਕੈਨੇਡਾ ਤੋਂ ਆਏ ਸਨ, ਆਪਾਂ ਗੱਲ ਕਰਾਂਗੇ ਥੋੜ੍ਹੀ ਦੇਰ ਬਾਅਦ ਕਿਉਂਕਿ ਸਾਡੇ PM ਸਾਹਿਬ ਜਿਹੜੇ ਨੇ ਉਹ ਆਉਣ ਵਾਲੇ ਨੇ, ਅਤੇ ਮੈਂ ਕਹਾਂਗਾ ਕਿ ਸੰਗਤਾਂ ਨੂੰ ਲੱਖੋ ਲੱਖ ਵਧਾਈਆਂ, ਗੁਰਪੁਰਬ ਦੀਆਂ ਵਧਾਈਆਂ ਵਧਾਈਆਂ ਵਧਾਈਆਂ, ਅਤੇ ਦਰਬਾਰ ਸਾਹਿਬ ਕਰਤਾਰਪੁਰ ਕੋਰੀਡੋਰ ਦੀ ਓਪਨਿੰਗ ਦੀ ਵੀ ਬਹੁਤ ਬਹੁਤ ਜ਼ਿਆਦਾ ਸਾਰੀ ਮੁਬਾਰਕ। ਔਰ ਫਿਰ ਇੱਕ ਵਾਰੀ ਕਹਾਂਗਾ ਸਿੱਖ ਮੁਸਲਿਮ ਫਰੈਂਡਸ਼ਿਪ ਜ਼ਿੰਦਾਬਾਦ, ਪਿਆਰ ਮੁਹੱਬਤ ਅਮਨ ਭਾਈਚਾਰਾ ਮੁਹੱਬਤ ਜ਼ਿੰਦਾਬਾਦ।